ਵੀਡੀਓ ਬਣਾਓ, ਵੱਧ ਨਾ ਵੱਧ ਵੀਡੀਓ ਬਣਾਓ। ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਕਿਸਾਨਾਂ ਦੇ ਨਾਲ ਹੋਈ ਧੱਕਾ ਮੁੱਕੀ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਦੇ ਵਿੱਚ ਭਾਜਪਾ ਉਮੀਦਵਾਰਾਂ ਦਾ ਹਰ ਥਾਂ 'ਤੇ ਵਿਰੋਧ ਕਰਨ ਦੀ ਕਾਲ ਦਿੱਤੀ ਹੋਈ ਹੈ, ਜਿਸ ਦੇ ਚੱਲਦਿਆਂ ਪਿੰਡ ਸਹਿਰਾ ਵਿਖੇ ਪ੍ਰਨੀਤ ਕੌਰ ਨੇ ਭਾਜਪਾ ਪਾਰਟੀ ਸਮਰਥਕਾਂ ਵੱਲੋਂ ਰੱਖੇ ਗਏ ਪ੍ਰੋਗਰਾਮ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣਾ ਸੀ ਤਾਂ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਉੱਥੇ ਪਹੁੰਚ ਗਏ। ਇਸ ਦੌਰਾਨ ਪਾਰਟੀ ਸਮਰਥਕਾਂ ਅਤੇ ਕਿਸਾਨਾਂ ਦੇ ਵਿਚਕਾਰ ਮਾਮੂਲੀ ਤਕਰਾਰ ਤੋਂ ਬਾਅਦ ਧੱਕਾ ਮੁੱਕੀ ਹੋਈ ਤਾਂ ਇੱਕ ਕਿਸਾਨ ਸੁਰਿੰਦਰਪਾਲ ਸਿੰਘ ਪਿੰਡ ਆਕੜੀ ਥੱਲੇ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਰਾਜਪੁਰਾ ਲਈ ਇਲਾਜ ਵਾਸਤੇ ਲਿਜਾਇਆ ਜਾ ਰਿਹਾ ਸੀ, ਪਰ ਰਾਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਕਿਸਾਨ ਦੀ ਮੌਤ ਤੋਂ ਬਾਅਦ ਕੌਮੀ ਪ੍ਰਧਾਨ ਮਨਜੀਤ ਘੁਮਾਣਾ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਉਮੀਦਵਾਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ ਦਾ ਜਲਦ ਬਦਲਾ ਲਿਆ ਜਾਵੇਗਾ। ਇਸ ਸੰਬੰਧੀ ਮੌਕੇ 'ਤੇ ਵੀਡੀਓ ਵੀ ਸਾਂਝੀ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਕਿਸਾਨ ਨੂੰ ਕਿਸੇ ਨੇ ਧੱਕਾ ਨਹੀਂ ਮਾਰਿਆ, ਸਗੋਂ ਉਹ ਆਪਣੇ ਆਪ ਹੀ ਥੱਲੇ ਡਿੱਗਿਆ ਹੈ। ਨਾਭਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ। ਸਰ, ਮੇਰਾ ਨਾਮ ਜਸਵਿੰਦਰ ਸਿੰਘ, ਪਿੰਡ ਆਕੜੀ। ਸਰ, ਅਸੀਂ ਆਪਣਾ ਸੇਹਰਾ ਪਿੰਡ ਦੇ ਵਿੱਚ ਇੱਕ, ਸਾਨੂੰ ਪਤਾ ਲੱਗਿਆ ਵੀ ਪ੍ਰਨੀਤ ਕੌਰ ਜਿਹੜੀ ਬੀਜੇਪੀ ਦੀ ਕੈਂਡੀਡੇਟ ਆ, ਉਹ ਪਿੰਡ ਸੇਹਰੇ ਦੇ ਵਿੱਚ ਪ੍ਰਚਾਰ ਵਾਸਤੇ ਆ ਰਹੀ ਆ। ਅਸੀਂ ਪੰਜੇ ਪਿੰਡ ਆਕੜੀ, ਸੇਹਰੀ, ਸੇਹਰਾ, ਤੱਕੂ ਮਾਜਰਾ ਤੇ ਪਵਰਾ, ਅਸੀਂ ਸਾਡੇ ਪਿੰਡਾਂ ਦੀ ਜ਼ਮੀਨ ਅਕਵਾਇਰ ਹੋਈ ਸੀ, ਤੁਹਾਨੂੰ ਪਤਾ ਕਿੱਡਾ ਚਰਚਿਤ ਮਾਮਲਾ, ਜਿਹਦੇ ਵਿੱਚ 70 ਬੰਦੇ ਦਾ FIR ਹੋਈ ਆ। ਅਸੀਂ ਉਸ ਸੰਬੰਧ ਦੇ ਵਿੱਚ ਇਹਨਾਂ ਤੋਂ ਇੱਕ ਸਵਾਲ ਜਵਾਬ ਕਰਨ ਗਏ ਸੀ ਸ਼ਾਂਤਮਈ ਤਰੀਕੇ ਨਾਲ, ਕਿ ਜਿਹੜੇ ਸਾਡੇ ਪੰਜ ਪਿੰਡ ਤੁਸੀਂ ਲੁੱਟੇ ਸੀ, ਪੰਜ ਪਿੰਡਾਂ ਦੀ ਤੁਸੀਂ ਜ਼ਮੀਨ ਅਕਵਾਇਰ ਕਰਾਈ ਸੀ, ਪੰਚਾਇਤੀ ਲੈਂਡ 1100 ਏਕੜ, ਅਸੀਂ ਉਸ ਸੰਬੰਧ ਦੇ ਵਿੱਚ ਇਹਨਾਂ ਦਾ ਸਵਾਲ ਜਵਾਬ ਕਰਨਾ ਸੀ। ਤੁਸੀਂ ਮੁਆਵਜ਼ਾ ਐਲਾਨ ਕੀਤਾ ਸੀ ਵੀ ਗਰੀਬ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ, 500 ਪਰਿਵਾਰ ਦੀ ਫਾਈਲ ਉਦੋਂ ਦੀ ਮੁਆਵਜ਼ੇ ਵਾਸਤੇ ਅਸੀਂ ਭੜਕਦੀ ਫਿਰ ਰਹੀ ਆ, ਕਿਉਂ ਨਹੀਂ ਮੁਆਵਜ਼ਾ ਦਿੱਤਾ? ਤੁਸੀਂ ਕਰਪਸ਼ਨ ਕਰਕੇ ਕਰੋੜਾਂ ਰੁਪਈਆ ਵਿਜੀਲੈਂਸ ਦੇ ਵਿੱਚ ਕੇਸ ਆ, ਤੁਹਾਨੂੰ ਪਤਾ ਹੀ ਹੈ ਕਿੰਨੇ ਕਰੋੜਾਂ ਰੁਪਈਆ ਇਹਨਾਂ ਦੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਗਿਆ, ਵੀ ਉਹ ਜਿਹੜਾ ਮੁਆਵਜ਼ਾ ਤੁਸੀਂ ਕਿਉਂ ਨਹੀਂ ਦਿੱਤਾ ਹੈਗਾ, ਤੇ ਉਹ ਜਿਹੜੀ ਕਰਪਸ਼ਨ ਆ ਤੁਸੀਂ ਕਿਵੇਂ ਖਿੱਚ ਖਿੱਚ ਕੇ ਲੈ ਗਏ ਕਰੋੜਾਂ ਰੁਪਈਆ ਤੁਸੀਂ ਖਾ ਗਏ? ਅਸੀਂ ਮਹਾਰਾਣੀ ਸਾਹਿਬ ਨੂੰ ਇੱਕ ਇਹ ਅਪੀਲ ਕੀਤੀ ਵੀ ਸਾਡੇ ਨਾਲ ਖੜ ਕੇ ਤੁਸੀਂ ਇੱਕ ਤਰੀਕੇ ਨਾਲ ਸਾਡੇ ਨਾਲ ਸਵਾਲ ਜਵਾਬ ਤਾਂ ਕਰ ਲਓ, ਪਰ ਉਹਨਾਂ ਨੇ ਸਾਡੀ ਸੁਣੀ ਨਹੀਂ। ਕਿਵੇਂ ਉਹਨਾਂ ਦੇ ਗੁੰਡਿਆਂ ਨੇ, ਤੁਸੀਂ ਦੇਖੋ ਵੀਡੀਓ ਦੇ ਵਿੱਚ ਕਿਵੇਂ ਗੁੰਡਿਆਂ ਨੇ ਸਾਨੂੰ ਦਰੜਿਆ। ਅਸੀਂ ਫੇਰ ਇੱਕ ਕਿਸਾਨਾਂ ਨੂੰ ਅਪੀਲ ਸਾਨੂੰ ਕੀਤੀ ਵੀ ਕਿਸੇ ਨੇ ਹੱਥ ਨਹੀਂ ਚੱਕਣਾ ਹੈਗਾ, ਅਸੀਂ ਉਹਨਾਂ ਦੀ ਗੱਡੀਆਂ ਅੱਗੇ ਪੈ ਗਏ, ਗੱਡੀਆਂ ਅੱਗੇ ਪੈ ਗਏ ਵੀ ਸਾਡੇ ਉੱਪਰ ਲੰਘਾ ਲੈ ਜਾਓ, ਘੱਟੋ ਘੱਟ ਸਾਡਾ ਇਹ ਤਾਂ ਬਣਦਾ ਫਰਜ਼, ਜਦੋਂ ਤੁਸੀਂ ਸਾਡਾ 1100 ਕਿੱਲਾ ਤੁਸੀਂ ਕਰੋੜਾਂ ਰੁਪਏ ਲੁੱਟ ਕੇ ਲੈ ਗਏ, ਅਸੀਂ ਸਾਡੇ ਪਿੰਡ 'ਚ ਤੁਸੀਂ ਵੋਟ ਮੰਗਣਾ ਆ, ਤਾਂ ਅਸੀਂ ਇੱਕ ਸਵਾਲ ਜਵਾਬ ਤਾਂ ਕਰ ਲਈਏ ਵੀ ਤੁਸੀਂ ਸਾਨੂੰ ਦੱਸੋ ਸਾਡਾ ਮੁਆਵਜ਼ਾ ਕਿਉਂ ਨਹੀਂ ਦਿਆ ਹੈਗਾ, ਤੁਹਾਡਾ ਕਰੋੜਾਂ ਰੁਪਇਆ ਕਿਵੇਂ ਤੁਸੀਂ ਲੁੱਟ ਲੈ ਗਏ? ਸਾਡਾ ਸਾਡਾ ਫਰਜ਼ ਬਣਦਾ, ਕਿਉਂਕਿ ਵੋਟਾਂ ਵੇਲੇ ਹੀ ਅਸੀਂ ਪੁੱਛ ਸਕਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਆਏ ਨੇ? ਕੋਈ ਨਹੀਂ ਸੁਣੀ ਜੀ, ਗੱਡੀਆਂ ਸ਼ੀਸ਼ੇ ਚੜਾਏ ਹੋਏ ਆ, ਉਹਨਾਂ ਦੇ ਜਿਹੜੇ ਗੁੰਡੇ ਸੀ ਅੱਗੇ ਆਏ, ਇੱਕ ਹਰਿੰਦਰਪਾਲ ਦਾ ਪਤਾ ਲੱਗ ਰਿਹਾ ਵੀ ਇਹ ਚੰਦੂ ਮਾਜਰ ਦਾ ਭਣਜਾ, ਹੋਰ ਵੀ ਉਹਦੇ ਗੁੰਡੇ ਸੀ ਅੱਗੇ ਕਿਤੇ ਹੋਏ, ਤੇ ਉਹ ਖਾਕੀ ਵਰਦੀ ਵਾਲੇ ਜਿਹੜੀ ਸੈਂਟਰ ਦੀ ਸਿਕਿਉਰਟੀ ਆ, ਉਹਨਾਂ ਨੇ ਕਿਵੇਂ ਸਾਡੇ ਨਾਲ ਧੱਕਾ ਮੁੱਕੀ ਕਰੀ? ਉਹਨਾਂ ਕੋਲ ਦੂਜੇ ਡੰਡੇ ਸੀ, ਕਿਵੇਂ ਡੰਡੇ ਮਾਰੇ ਸਾਡੇ? ਸਾਡੇ ਅਸੀਂ ਜਦੋਂ ਗੱਡੀਆਂ ਅੱਗੇ ਪੈ ਗਏ ਸਾਡੇ ਠੁੱਟ ਮਾਰੇ ਆ, ਕੀ ਇੰਨੀ ਗੁੰਡਾ ਕਰਦੀ, ਇੰਨੀ ਨੇਰ ਕਰਦੀ? ਇੱਕ ਤਾਲੀਬਾਨੀ ਜਿਵੇਂ ਰਾਜ ਹੁੰਦਾ, ਉਹ ਕੰਮ ਸਾਡੇ ਨਾਲ ਹੋਇਆ, ਸਾਡੇ 'ਤੇ ਕਿਵੇਂ ਅੱਤਿਆਚਾਰ ਕੀਤਾ ਗਿਆ, ਸਾਡਾ ਬੰਦਾ ਕਿਵੇਂ ਤੁਸੀਂ ਦੇਖਿਆ ਕਿਵੇਂ ਸ਼ਹੀਦ ਹੋਇਆ, ਡਿੱਗਿਆ ਕਿਵੇਂ, ਕਿਵੇਂ ਉਹਨੂੰ ਧੱਕੇ ਮਾਰੇ ਗਏ ਆ। ਉਸ ਤੋਂ ਬਾਅਦ ਇੱਕ ਦੇਖੋ ਹੋਰ ਨੇਰ ਕਰਦੀ, ਬੰਦਾ ਡਿੱਗ ਗਿਆ ਨੀਚੇ, ਇਹਨਾਂ ਦੇ ਗੁੰਡਿਆਂ ਨੇ ਸਾਨੂੰ 5 ਮਿੰਟ ਵਾਸਤੇ ਬੰਦਾ ਨਹੀਂ ਚੱਕਣ ਦਿਆ, ਉਹ ਬੰਦੇ ਨੂੰ ਅਸੀਂ ਕਿਵੇਂ ਅਸੀਂ ਵੀ ਚੁੱਕੜੀ ਸੀ ਕੱਢ ਕੇ ਲਗਾਇਆ ਰੌਲਾ ਪਾ ਕੇ, ਇੰਨੀ ਗੁੰਡਾ ਕਰਦੀ ਸਾਡੇ ਨਾਲ, ਇੰਨਾ ਅੱਤਿਆਚਾਰ। ਇੱਕ ਜੀ ਸਾਡਾ ਭਰਾ ਸੁਰਿੰਦਰ ਸਿੰਘ ਸੇਹਰੀ, ਤੋਂ ਉਹਦੇ ਹੱਥ 'ਤੇ ਡੰਡਾ ਵੱਜਿਆ, ਹੱਥ ਸੋਜ ਆ ਗਈ, ਹੋਰਾਂ ਦੇ ਵੀ ਡੰਡੇ ਬਹੁਤ ਵੱਜਿਆ ਜੀ, ਹੁਣ ਤਾਂ ਪਤਾ ਲੱਗੂ, ਅਸੀਂ ਤਾਂ ਜਦੇ ਸਾਡੇ ਭਰਾ ਨੂੰ ਅਸੀਂ ਲੈ ਕੇ ਦਮਾਦਮ ਗੱਡੀ 'ਚ ਲੈ ਕੇ ਆ ਗਏ, ਅਸੀਂ ਮੌਕੇ 'ਤੇ ਸੀ ਜੀ। ਹਾਂਜੀ, ਸੁਰਿੰਦਰ ਸਿੰਘ ਆ ਜੀ, ਆਪਣਾ ਪਿੰਡ ਆਕੜੀ ਜੀ, ਉਹਨਾਂ ਦੀ ਹੋਣੀ ਜੀ 57-58 ਸਾਲ।
ਮੌਕੇ ਤੇ ਸੀ ਹਾਂਜੀ ਸਾਡੇ ਉਹ ਸਾਡੇ ਸਰਕਾਰ ਜੋ ਸੀ ਪਿੱਛੇ ਖੜੇ ਸੀ ਅੰਕਲ ਹੁਣੀ ਸਾਰੇ ਪਿੱਛੇ ਖੜੇ ਸੀ ਅਸੀਂ ਮੁੰਡੇ ਮੁੰਡੇ ਅੱਗੇ ਪੈ ਗਏ ਗੱਡੀ ਦੇ ਵੀ ਕੋਈ ਗੱਲ ਨਹੀਂ ਆਪਾਂ ਨੂੰ ਦਰੜ ਕੇ ਲੰਘ ਜਾਣ ਇਹ ਪਰ ਮਹਾਰਾਣੀ ਸਾਹਿਬ ਨੇ ਗੱਡੀ ਬੈਕ ਕਰਨ ਲੱਗੀ ਉਹਨਾਂ ਨੇ ਇੱਕ ਬੇਇੱਜ਼ਤੀ ਸਮਝੀ ਵੀ ਅਸੀਂ ਗੱਡੀ ਬੈਕ ਕਰ ਰਹੇ ਹਾਂ ਉਹਨਾਂ ਦੇ ਗੁੰਡਿਆਂ ਨੇ ਫਿਰ ਸਾਡੇ ਤੇ ਲਾਠੀਚਾਰਜ ਵੀ ਕਰਿਆ ਤੇ ਸਾਡੇ ਠੁੱਟ ਵੀ ਮਾਰਿਆ ਤੇ ਉਹ ਬੰਦਾ ਫਿਰ ਉਹਦੇ ਵਿੱਚ ਜਿਹੜੇ ਲਾਠੀਚਾਰਜ ਹੋਇਆ ਜਾਂ ਧੱਕੇ ਵੱਜੇ ਨੇ ਉਹਨਾਂ 'ਚ ਉਹ ਬੰਦਾ ਸ਼ਹੀਦ ਹੋ ਗਿਆ ਅਸੀਂ ਜੀ ਦਮਾ ਦਮ ਜਲਦੀ ਗੱਡੀ ਅਸੀਂ ਤੁਹਾਡੇ ਪਹਿਲਾਂ 5 ਮਿੰਟ ਕੱਢਣੀ ਦੇ ਇਹਨਾਂ ਨੇ ਫਿਰ ਅਸੀਂ ਇੱਥੇ APJN ਰਾਜਪੁਰੇ ਹੋਸਪਿਟਲ ਦੇ ਵਿੱਚ ਆਇਆ ਇੱਥੇ ਆਉਂਦੇ ਆਉਂਦੀ ਸਾਨੂੰ ਉੱਥੇ ਡੈਡ ਹੋ ਗਿਆ ਸੀ ਬੰਦਾ ਤਾਂ ਸਾਨੂੰ ਆਉਂਦਿਆਂ ਦੇ ਪਤਾ ਲੱਗਾ ਸਰੀਰ ਠੰਡਾ ਹੋ ਗਿਆ ਤੇ ਇੱਥੇ ਆ ਕੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਮ੍ਰਿਤਕ ਐਲਾਨਤਾ ਤੇ ਅਸੀਂ ਇੱਕ ਤੁਹਾਡੇ ਮੀਡੀਆ ਵੀਰਾਂ ਦੇ ਨਾਲ ਦੇ ਜ਼ਰੀਏ ਇੱਕ ਅਪੀਲ ਕਰਦੇ ਹਾਂ ਪੰਜਾਬ ਦੀ ਜਨਤਾ ਨੂੰ ਤੇ ਹੋਰ ਸਟੇਟਾਂ ਦੀ ਜਨਤਾ ਨੂੰ ਵੀ ਵੀਰੋ ਹੱਥ ਬਿਨ ਕੇ ਬੇਨਤੀ ਆ ਇਸ ਭਰਾ ਨੂੰ ਸਾਡੇ ਨੂੰ ਸੱਚੀ ਸ਼ਰਧਾਂਜਲੀ ਤੁਹਾਡੀ ਕਿ ਇਹੀ ਹੋਊਗੀ ਇਹਨਾਂ ਦਾ BJP ਵਾਲਿਆਂ ਦਾ ਪਿੰਡਾਂ 'ਚ ਬਾਈਕਾਟ ਕਰੋ ਇਹਨਾਂ ਨੂੰ ਪਿੰਡਾਂ 'ਚ ਵੜਨ ਦਿਓ ਇਹ ਇਕੱਲੀ ਮੈਮ ਕਿਸਾਨਾਂ ਵੀਰਾਂ ਨੂੰ ਨਹੀਂ ਬੇਨਤੀ ਕਰ ਰਿਹਾ ਇਹ ਮਜ਼ਦੂਰਾਂ ਭਰਾਵਾਂ ਨੂੰ ਇਹ ਦੁਕਾਨਦਾਰ ਭਰਾਵਾਂ ਨੂੰ ਛੋਟੇ ਜੋ ਵੀ ਕੰਮ ਕਰਦੇ ਨੇ ਕਿੱਥੇ ਕਰਦੇ ਨੇ ਕਿਉਂਕਿ ਇਹ ਅਸੀਂ ਜਿਹੜੀ ਗੱਲ ਸੀ ਇਹ ਮਜ਼ਦੂਰ ਭਰਾਵਾਂ ਦੀ ਕਰਨੀ ਸੀ ਇਹ ਜਿਹੜਾ ਸਾਡੇ 500 ਭਰਾ ਸੀ SC ਭਾਈਚਾਰਾ BC ਭਾਈਚਾਰਾ ਖਾਸ ਕਰਕੇ SC BC ਭਾਈਚਾਰੇ ਨੂੰ ਅਪੀਲ ਕਰਦਾ ਵੀ ਵੀਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਅਸੀਂ ਤੁਹਾਡੀ ਗੱਲ ਕਰਨ ਵਾਸਤੇ ਇਹਨਾਂ ਨਾਲ ਸਵਾਲ ਜਵਾਬ ਕਰਨਾ ਸੀ ਮੁਆਵਜ਼ੇ ਦਾ ਜਿਹੜਾ ਤੁਹਾਨੂੰ ਮੁਆਵਜ਼ੇ ਦਾ ਕੇਸ ਬਣਿਆ ਹੋਇਆ ਬੇਨਤੀ ਕਰਦਾ ਵੀ ਇਹਨਾਂ ਨੂੰ ਪਿੰਡਾਂ 'ਚ ਪੂਰਨ ਬਾਈਕਾਟ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਮੰਦਭਾਗੀ ਘਟਨਾ ਕਿਸਾਨ ਆਗੂ ਵੇਖੋ ਹਰ ਇੱਕ ਨੂੰ ਹੱਕ ਹੈ ਸਵਾਲ ਕਰਨ ਦਾ ਜਵਾਬ ਦੇਣ ਦਾ ਅਸੀਂ ਵੀ ਦੇ ਰਹੇ ਹਾਂ ਇਹ ਵੀ ਦੇਣ ਜਿਹੜੀਆਂ ਮੇਖਾਂ ਬਾਰਡਰਾਂ ਤੇ ਲਾਈਆਂ ਸੀ ਠੀਕ ਹੈ ਹੁਣ ਲੋਕਾਂ ਨੇ ਆਪਦੇ ਘਰਾਂ ਅੱਗੇ ਲਾ ਲਈਆਂ ਜੋ ਜੈਸਾ ਕਹਿੰਦੇ ਵੀ ਜੈਸੀ ਕਰਨੀ ਵੈਸੇ ਭਰਨੀ ਵਾਲਾ ਕੰਮ ਹੈ ਕਿਸੇ ਟਾਈਮ ਅਸੀਂ ਮਿੰਨਤਾਂ ਕੱਢਦੇ ਸੀ ਕਿਸਾਨ ਮਿੰਨਤਾਂ ਕੱਢਦੇ ਸੀ ਵੀ ਅਸੀਂ ਮਿਲਣਾ ਅਸੀਂ ਮਿਲਣ ਲਈ ਆ ਰਹੇ ਹਾਂ ਤੇ ਹੁਣ ਇਹ ਲੋਕਾਂ ਦੀਆਂ ਮਿੰਨਤਾਂ ਕੱਢਦੇ ਫਿਰਦੇ ਨੇ ਅਸੀਂ ਮਿਲਣ ਲਈ ਆ ਰਹੇ ਹਾਂ ਸਵਾਲ ਜਵਾਬਾਂ ਤੋਂ ਭੱਜਣਾ ਨਹੀਂ ਚਾਹੀਦਾ ਦੇਣੇ ਚਾਹੀਦੇ ਨੇ ਹਰ ਇੱਕ ਟਾਈਮ ਮਾਨ ਸਾਹਿਬ ਲੋਕਾਂ ਨੂੰ ਦੂਰੋਂ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਜੀ ਕੋਈ ਗੱਲ ਆ ਤੁਹਾਨੂੰ ਦੱਸ ਦਿਓ ਤੁਸੀਂ ਆਪਾਂ ਹਰ ਰੋਜ਼ ਰੈਲੀਆਂ ਦੇਖਦੇ ਸੋ ਬਹੁਤ ਮੰਦਭਾਗੀ ਘਟਨਾ ਨਿੰਦਣਯੋਗ ਘਟਨਾ ਇਸ ਤਰ੍ਹਾਂ ਨਹੀਂ ਸੀ ਹੁਣ ਆਪਾਂ ਦੁਆਰਾ ਲਖੀਮਪੁਰ ਖੀਰੀ ਜਿਹੜਾ ਯਾਦ ਕਰਾਤਾ ਵੀਡੀਓ ਸਾਹਮਣੇ ਆ ਰਹੀਆਂ ਨੇ ਤੇ ਜੋ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਏਗੀ ਤੇ ਭਰਾ ਦਾ ਜਿਹੜਾ ਸਤਿਕਾਰ ਆ ਜੋ ਕਹਿ ਲਈਏ ਮਾਣ ਸਨਮਾਨ ਹੈ ਇੱਕ ਸਰਦਾ ਕਹਿ ਲਈਏ ਆਪਾਂ ਸਾਰੇ ਮੈਂ ਤਾਂ ਦੇਖਿਆ ਕਿ ਮੇਰਾ ਅੱਜ ਸਾਰਾ ਹਲਕਾ ਘਨੌਰ ਰਾਜਪੁਰਾ ਹਰ ਇੱਕ ਬੰਦੇ ਆ ਸਾਰੇ ਕਿਸਾਨ ਆਗੂ ਮਾੜੀ ਜੀ ਜਿਹਨੂੰ ਵੀ ਪਤਾ ਲੱਗਿਆ ਹਰ ਇੱਕ ਨੇ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਨਹੀਂ ਬਿਲਕੁਲ ਜੀ ਵੀਡੀਓ ਸਾਹਮਣੇ ਆਈ ਹੋਈ ਹੈ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਜੋ ਪਰਿਵਾਰ ਸਾਰੇ ਨਾਲ ਸੀ ਕਿਹੜਾ ਇੱਕ ਜਣਾ ਤਾਂ ਹੈ ਨਹੀਂ ਗਾ ਕੋਈ ਘੱਟੋ ਘੱਟ 100 ਜਣਾ ਸੀ ਨਾਲ 100 ਜਣਾ ਵਿਟਨਸ ਤਾਂ 100 ਜਣਾ ਪਹਿਲਾਂ ਹੀ ਹੈਗਾ ਨਾਲ ਜੋ ਵੀ ਬਣਦੀ ਕਾਰਵਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਜਿਹੜਾ ਮਾਨ ਸਾਹਿਬ ਵੱਲੋਂ ਵੀ ਹਰ ਇੱਕ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਸਾਰੇ ਬੰਦੇ ਸਾਰੀਆਂ ਪਾਰਟੀਆਂ ਆਈਆਂ ਸਾਰੇ ਪਾਰਟੀਆਂ ਉੱਥੇ ਮਾਹੌਲ ਹੀ ਏਦਾਂ ਦਾ ਬਣਾ ਦਿੱਤਾ ਗਿਆ BJP ਵੱਲੋਂ ਉੱਥੇ ਨਾਲ ਸੀ ਕਿਉਂਕਿ ਸੈਂਟਰ ਦੀ ਸਿਕਿਉਰਿਟੀ ਉਹਨਾਂ ਦੇ ਕੋਲ ਫੋਰਸ ਆ ਕਿਉਂਕਿ ਪਹਿਲਾਂ ਰਹੇ ਨੇ ਰਾਜ ਦੇ ਵਿੱਚ ਰਹੇ ਨੇ ਮੈਡਮ ਕਿਹੜਾ ਅੱਜ ਪਹਿਲੀ ਵਾਰੀ ਆਏ ਨੇ ਪਰਨੀਤ ਕੌਰ ਤਾਂ ਲੰਮੇ ਸਮੇਂ ਤੋਂ ਨੇ ਤੇ ਮੈਨੂੰ ਲੱਗਦਾ ਕਿ ਸਿਕਿਉਰਿਟੀ ਜਿਹੜੀ ਆ ਉਹ ਵੀ ਵਿਡਰਾਅ ਕਰਨੀ ਚਾਹੀਦੀ ਹੈ ਕਿਉਂਕਿ ਜੇ ਬਦਸਲੂਕੀ ਕਰਦੀ ਆ ਦੂਜੀਆਂ ਸਟੇਟਾਂ ਦੀ ਸਿਕਿਉਰਿਟੀ ਨੇ ਆ ਕੇ ਜਿਹੜਾ ਉਹਨੂੰ ਕੀ ਪਤਾ ਕਿਸਾਨ ਕੌਣ ਉਹਨੂੰ ਤੇ ਹਰ ਇੱਕ ਬੰਦਾ ਕਿਉਂਕਿ ਆਪਣੇ ਜਿਹੜੇ ਨੌਜਵਾਨ ਨੇ ਆਪਣੇ ਭਰਾ ਨੇ ਉਹਨਾਂ ਨੂੰ ਪਤਾ ਸੋ ਦੂਜੀਆਂ ਸਿਕਿਉਰਿਟੀ ਨੂੰ ਨਹੀਂ ਪਤਾ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਇੱਦਾਂ ਦਾ ਹੀ ਇਹਨਾਂ ਨੇ ਸਾਡੇ ਨਾਲ ਬਾਰਡਰ 'ਤੇ ਵਤੀਰਾ ਕੀਤਾ ਸੀ ਅਤੇ ਹੁਣ ਜਿਹੜਾ ਬਾਰਡਰ ਤੋਂ ਹੁਣ ਸਾਡੇ ਘਰਾਂ ਦੇ ਵਿੱਚ ਆ ਕੇ ਵੀ ਸਾਡੇ ਨਾਲ ਵਤੀਰਾ ਕਰਨ ਲੱਗ ਪਏ ਸੋ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਜਿਵੇਂ ਪਹਿਲਾਂ ਕਿਹਾ ਹੋਇਆ ਵੀ ਮੀਟਿੰਗਾਂ ਨਹੀਂ ਹੋਣਗੀਆਂ ਅਤੇ ਜੇ ਕਿਸੇ
ਦੇ ਵਿੱਚ ਪਿੰਡ ਵਿਰੋਧ ਕਰਦਾ ਤੇ ਨਹੀਂ ਜਾਣਾ ਚਾਹੀਦਾ। ਨਹੀਂ ਬਿਲਕੁਲ ਜੀ, ਉਹ ਤਾਂ ਪਹਿਲਾਂ ਹੀ ਮੇਰਾ ਪਰਿਵਾਰ ਹੈ ਜੀ, ਉਹ ਤਾਂ ਪਹਿਲਾਂ ਹੀ ਆਪਣਾ ਹੀ ਪਰਿਵਾਰ ਆ। ਮੈਂ ਮੇਰੇ ਕੋਲ ਬਹੁਤ ਵਾਰੀ ਆਉਂਦੇ ਜਾਂਦੇ ਸੀ, ਹੋਰ ਬੜੇ ਮਸਲੇ ਆਪਣੇ ਹਲਕੇ ਦਾ, ਕੋਈ ਵੀ ਮਸਲਾ ਹੁੰਦਾ ਕਿਸਾਨੀ ਮਾਨ ਸਾਹਿਬ ਦਾ ਪਤਾ ਨਹੀਂ ਜੀ, ਉਹ ਮੇਰੀ ਗੱਲ ਹੋਈ ਆ, ਜੋ ਵੀ ਪ੍ਰੋਗਰਾਮ ਦਿੰਦੇ ਆ ਤਾਂ ਜ਼ਰੂਰ ਜਿਹੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ। 1100 ਕੁਛ ਏਕੜ ਜ਼ਮੀਨ ਜਿਹੜੀ ਹੈ ਉਕਵਾਇਰ ਕੀਤੀ ਸੀ ਪਹਿਲਾਂ ਇਸੇ ਸਰਕਾਰ ਵੇਲੇ, ਰਾਣੀ ਉਦੋਂ ਰਾਜ ਦੇ ਵਿੱਚ ਸੀ, ਤੇ ਕਿਸਾਨਾਂ ਦੇ ਵੱਲੋਂ ਸਹਿਮਤੀ ਕਿਤੇ ਦਿੱਤੀ ਹੈ ਕਿਤੇ ਨਹੀਂ ਵੀ ਦਿੱਤੀ ਸਹਿਮਤੀ, ਤੇ ਧੱਕੇ ਦੇ ਨਾਲ ਹੀ ਅਕਵਾਇਰ ਕਰਕੇ 1100 ਏਕੜ ਉਹਨੂੰ ITI ਪਾਰਕ ਵਾਲਾ, ਉਹ ਵੀ ਮਸਲਾ ਅਜੇ ਬੜਾ ਉਲਝਿਆ, ਉਹ ਵੀ ਚੱਲਦਾ ਪਿਆ, ਉਹਦੇ ਵਿੱਚ ਵੀ ਬੜੇ ਘਪਲੇ ਨੇ। ਨਹੀਂ ਬਿਲਕੁਲ ਜੀ, ਉਹ ਵਿਜੀਲੈਂਸ ਇਨਕੁਆਇਰੀ ਕਰਦੀ ਹੈ ਭਾਈ ਜੀ, ਵਿਜੀਲੈਂਸ ਇਨਕੁਆਇਰੀ, ਉਹਦੇ ਵਿੱਚ ਆਲਮੋਸਟ ਜਿਹੜੇ ਜਿਨ੍ਹਾਂ ਦੇ ਸਾਈਨ ਹੋਏ ਸੀ, ਚਾਹੇ ਉਹ ਸੈਕਟਰੀ ਨੇ, ਚਾਹੇ ਬੀਡੀਓ ਨੇ, ਚਾਹੇ ਮੈਂਬਰ ਪੰਚਾਇਤ ਨੇ, ਆਪਾਂ ਇਧਰਲੇ ਪਾਸੇ ਜ਼ਿਆਦਾ ਨਾ ਜਾਈਏ, ਤੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਉਹ ਵੀ ਹੋ ਜਾਏਗਾ, ਤੇ ਪਰਿਵਾਰ ਦੇ ਨਾਲ ਸਾਰੇ ਦੁੱਖ ਸਾਂਝਾ ਕਰਨ ਆਏ ਨੇ, ਸਾਰਿਆਂ ਨੂੰ ਦੁੱਖ ਹੈ ਜੀ। ਧੰਨਵਾਦ ਜੀ, ਬਹੁਤ ਸਤਿ ਸ਼੍ਰੀ ਅਕਾਲ। ਬਹੁਤ ਦੁੱਖ ਭਰੀ ਖਬਰ ਆਈ ਅੱਜ ਕਿ ਸੁਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ ਗਿਰ ਕੇ ਉਹਨਾਂ ਦਾ ਦੇਹਾਂਤ ਹੋ ਗਿਆ। ਮੈਂ ਔਰ ਮੇਰਾ ਪਰਿਵਾਰ, ਅਸੀਂ ਹਰ ਵਕਤ ਕਿਸਾਨਾਂ ਦੀ ਬਿਹਤਰੀ ਦੇ ਲਈ, ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ, ਖੜੇ ਰਹਾਂਗੇ। ਅੱਜ ਸੁਰਿੰਦਰਪਾਲ ਸਿੰਘ ਜੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਔਰ ਕੱਲ੍ਹ ਦੇ ਰੱਦ ਕਰ ਦਿੱਤੇ ਨੇ, ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਸੁਰਿੰਦਰਪਾਲ ਜੀ ਨੂੰ ਆਪਣੇ ਚਰਨਾਂ 'ਚ ਨਿਵਾਜੋ, ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮਾਰੇ ਨਏ ਕੈਂਪਸ ਡ੍ਰੀਮ ਸਕੂਲ ਐਂਡ ਕੋਚਿੰਗ ਇੰਸਟੀਟਿਊਟ ਮੇਂ ਸਵਾਗਤ ਕਰਤਾ ਹੂੰ। ਮੈਂ ਆਪ ਲੋਗੋਂ ਕੋ ਬਤਾ ਦੇਣਾ ਚਾਹਤਾ ਹੂੰ ਕਿ ਹਮਾਰੇ ਇੰਸਟੀਟਿਊਟ ਮੇਂ ਕਲਾਸਿਸ 5th to 12th ਬੋਥ ਸਕੂਲਿੰਗ ਐਂਡ ਕੋਚਿੰਗ ਕੀ ਐਡਮਿਸ਼ਨ ਓਪਨ ਹੋ ਚੁਕੀ ਹੈ। ਜੋ ਸਟੂਡੈਂਟਸ ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੇਨੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੇਨੇ ਪੇ ਬਚ ਸਕਤਾ ਹੈ।